ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦਾ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਜੀ। ਖਰੀਆਂ 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 ਲਈ ਚੱਲਦੇ ਹਾਂ ਦੋਸਤੋ, ਸੱਤ ਸਮੁੰਦਰੋਂ ਪਾਰ, ਜਿੱਥੇ ਕਿ ਇੱਕ ਗੈਂਗਸਟਰ, 14 ਮੈਂਬਰੀ ਗੈਂਗਸਟਰ ਦਾ ਕੈਨੇਡਾ ਪੁਲਿਸ ਨੇ ਕਰ ਦਿੱਤਾ ਪਰਦਾ ਫਾਸ਼। ਕੈਨੇਡਾ ਪੁਲਿਸ ਨੂੰ ਮਿਲੀ ਆ ਬਹੁਤ ਵੱਡੀ ਕਾਮਯਾਬੀ। ਉਹਨਾਂ ਨੇ ਪੰਜਾਬੀ ਜਿੱਥੇ ਆਪਣੀ ਕਾਮਯਾਬੀ ਦਾ ਝੰਡਾ ਗੱਡਦੇ ਨੇ, ਉੱਥੇ ਕਿਤੇ ਨਾ ਕਿਤੇ ਕੁਛ ਕੁ ਪੰਜਾਬੀਆਂ ਕਰਕੇ ਬਾਕੀ ਪੰਜਾਬੀ ਵੀ ਬਦਨਾਮੀ ਦੇ ਉਹ ਬਦਨਾਮੀ ਦੀ ਉਸ ਲਾਈਨ ਦੇ ਵਿੱਚ ਆ ਜਾਂਦੇ ਨੇ। ਔਰ 14 ਗੈਂਗਸਟਰਾਂ ਵਿੱਚੋਂ 8 ਪੰਜਾਬੀ ਨੇ, ਔਰ ਇੰਡੋ ਕੈਨੇਡੀਅਨ ਗੈਂਗਸਟਰ ਦਾ ਇਹ ਪਰਦਾ ਫਾਸ਼ ਕੀਤਾ ਕੈਨੇਡਾ ਪੁਲਿਸ ਨੇ। ਗੈਂਗਸਟਰ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਵਿੱਚ ਵੀ ਸਰਗਰਮ ਨੇ। ਵੈਂਕੂਵਰ ਪੁਲਿਸ ਨੇ 17 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਉਹਨਾਂ ਨੂੰ ਮਿਲੀ ਇੱਕ ਬਹੁਤ ਵੱਡੀ ਕਾਮਯਾਬੀ। ਔਰ 8 ਗੈਂਗਸਟਰਾਂ ਵਿੱਚੋਂ ਸਾਰੇ ਦੇ ਸਾਰੇ ਇਹ ਪੰਜਾਬ ਨਾਲ ਰਿਲੇਟਡ ਨੇ। ਔਰ ਖਾਸ ਕਰਕੇ ਜੇ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਜਲੰਧਰ ਅਤੇ ਲੁਧਿਆਣੇ ਦੇ ਰਹਿਣ ਵਾਲੇ ਨੇ। ਔਰ ਇਹਨਾਂ ਲੋਕਾਂ ਦੇ ਕੋਲੋਂ ਹਥਿਆਰ, ਨਗਦੀ, ਸੋਨਾ ਅਤੇ ਨਸ਼ਾ ਵੀ ਫੜਿਆ ਹੈ। ਔਰ ਇਹਨਾਂ ਦੀ ਨਿਸ਼ਾਨਦੇਹੀ 'ਤੇ ਕੁਝ ਗੱਡੀਆਂ ਵੀ ਕਾਬੂ ਕੀਤੀਆਂ ਨੇ। ਔਰ ਦੋਸਤੋ, ਦੱਸਣਾ ਚਾਹੁੰਦਾ ਹੈ ਕਿ ਇਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਹਥਿਆਰ ਅਤੇ ਸੋਨਾ ਵੀ ਬਰਾਮਦ ਕੀਤਾ ਹੈ। ਔਰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਕੈਨੇਡਾ ਪੁਲਿਸ ਕਾਫੀ ਦੇਰ ਤੋਂ ਮੁਸ਼ੱਕਤ ਕਰ ਰਹੀ ਸੀ, ਲੇਕਿਨ ਆਖਰਕਾਰ ਉਹ ਗੈਂਗਸਟਰਾਂ ਦਾ ਗੈਂਗ ਪਕੜਿਆ ਗਿਆ ਜਿਸ ਦੀ ਕੈਨੇਡਾ ਪੁਲਿਸ ਨੂੰ ਤਲਾਸ਼ ਸੀ। ਔਰ ਦੋਸਤੋ, ਇਹਨਾਂ ਦੇ ਵਿੱਚੋਂ 14 ਗੈਂਗਸਟਰਾਂ ਦੇ ਵਿੱਚੋਂ 8 ਪੰਜਾਬੀ ਨੇ। ਹੁਣ ਉੱਥੇ ਦੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਕਾਨੂੰਨ ਵਿੱਚ ਸਖਤੀ ਕਰੇਗੀ, ਇਹ ਹੁਣ ਵੇਖਣਾ ਹੋਏਗਾ। ਔਰ ਵੈਸੇ ਚੰਦ ਕੁ ਅਜਿਹੇ ਲੋਕ ਨੇ ਜਿਨ੍ਹਾਂ ਕਰਕੇ ਉੱਥੇ ਪੰਜਾਬੀ ਪਰਿਵਾਰਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰ ਦੋਸਤੋ, ਕਦੇ ਵੀ ਮਤਲਬ ਜਿਸ ਧਰਤੀ 'ਤੇ ਆਪਾਂ ਗਏ ਹਾਂ ਉਸ ਧਰਤੀ ਦਾ ਜ਼ਰੂਰ ਸਾਨੂੰ ਸੋਚਣਾ ਚਾਹੀਦਾ ਹੈ। ਪ੍ਰੋਗਰਾਮ ਦੇ ਅੰਤ 'ਚ ਕਮੈਂਟ ਕਰਿਆ ਕਰੋ, ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਦੋਸਤੋ, ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸ ਦੀ ਜਾਣਕਾਰੀ ਹੈ ਤਾਂ ਮੇਲ ਕਰੋ। ਮੇਲ ਆਈਡੀ ਹੈ avanlivepunjab@gmail.com। ਜੇ ਸੰਪਰਕ ਕਰਨਾ ਚਾਹੁੰਦੇ ਹੋ 6280-3837-29 'ਤੇ ਕਰ ਸਕਦੇ ਹੋ। ਔਰ ਏਵਨ ਪੰਜਾਬੀ ਤਾਂ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।